ਸਾਚੀਆ ਕਾਲ ਜੀ ਕਹਿੰਦੇ ਨੇ 100 ਸਾਲਾਂ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ ਉਵੇਂ ਹੀ ਮੁਕਸਰ ਮਲੋਟ ਰੋਡ ਦੀ ਵੀ ਬਹੁਤ ਟਾਈਮ ਬਾਅਦ ਸੁਣੀ ਗਈ ਚਲੋ ਦੇਰ ਆਏ ਦਰਸਤ ਆਏ ਬਟ ਹੁਣ ਕੰਮ ਬਹੁਤ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੰਗਲ ਵਿਭਾਗ ਦੇ ਕਾਰਨ ਕੰਮ ਬਹੁਤ ਲਟਕਿਆ ਆ ਰਿਹਾ ਸੀ ਤੇ ਜਿਹਦੀ ਮਨਜ਼ੂਰੀ ਵੀ ਮਿਲਣ ਤੋਂ ਬਾਅਦ ਕੰਮ ਬਹੁਤ ਜੋਰਾਂ ਸ਼ੋਰਾਂ ਤੇ ਸ਼ੁਰੂ ਹੋ ਗਿਆ ਜਿਹੜਾ ਇਹ ਪ੍ਰੋਜੈਕਟ ਬਣੂਗਾ 154 ਕਰੋੜ ਰੁਪਏ ਦੀ ਮਨਜ਼ੂਰੀ ਮਿਲੀ ਹੈ ਇਹਦੇ ਵਿੱਚ ਤੇ ਸਾਰਾ ਨਵਾਂ ਬਣੂਗਾ 3 3 ਮੀਟਰ ਚੌੜਾ ਹੋਊਗਾ ਤੇ ਸੜਕ ਦੇ ਮਤਲਬ ਦੋਨੇ ਸਾਈਡਾਂ ਤੋਂ 100 100 ਮੀਟਰ ਚੌੜਾ ਹੋਊਗਾ ਤੇ 10 ਮੀਟਰ ਚੌੜਾ ਹੋਊਗਾ ਪਹਿਲਾਂ 2013 ਵਿੱਚ ਇਹਦੀ ਮੁਰੰਮਤ ਹੋਈ ਸੀਗੀ ਤੇ ਹੁਣ 11 ਸਾਲਾਂ ਬਾਅਦ ਇਹਦੀ ਫੇਰ ਹੁਣ ਇਹ ਨਵਾਂ ਸਾਰਾ ਪ੍ਰੋਜੈਕਟ ਬਣੂਗਾ ਸ਼ੜਕ ਵਿੱਚ ਬਹੁਤ ਜ਼ਿਆਦਾ ਹੌਲ ਕਰਕੇ ਵੀ ਬਹੁਤ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸੀਗੇ ਤੇ ਬਹੁਤ ਸਾਰੀਆਂ ਕਿਸਾਨਾਂ ਨੂੰ ਤੇ ਰਹਾਗਿਰਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਕਈ ਵਾਰ ਇੱਥੇ ਮਤਲਬ ਕਿਸਾਨਾਂ ਦੀਆਂ ਟਰਾਲੀਆਂ ਹੀ ਬਹੁਤ ਵਾਰੀ ਪਲਟੀਆਂ ਜਿਹਨਾਂ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਸੀਗਾ ਹੁਣ ਸਾਈਡਾਂ ਤੇ ਕਾਫੀ ਦਰਖਤ ਕੱਟੇ ਜਾ ਰਹੇ ਹੋ ਤੇ ਆ ਮਸ਼ੀਨਾਂ ਜਿਹੜੀਆਂ ਹੈਗੀਆਂ ਛੜਕ ਸੜਕ ਪੱਟ ਰਹੀਆਂ ਹੈਗੀਆਂ ਪਹਿਲਾਂ ਹੱਥਾਂ ਨਾਲ ਕੰਮ ਕਰਦੇ ਸੀ ਉਹਨਾਂ ਮਸ਼ੀਨੀ ਵਰਕ ਹੋ ਗਿਆ ਤੇ ਵੀ ਸਾਰੀ ਸੜਕ ਪੱਟ ਰਿਆ ਕਾਫੀ ਆਰਥਿਕ ਮੁਕਸ ਦੇ ਨੇੜੇ ਤੱਕ ਪਹੁੰਚਣ ਵਾਲਾ ਪਹੁੰਚਣ ਵਾਲਾ ਹੋ ਗਿਆ ਤੇ ਕੰਮ ਇਹ ਕਹਿੰਦੇ 1.5-2 ਸਾਲ ਤੱਕ ਬਣ ਜੂਗੀ ਆਪਣੀ ਸੜਕ ਕਾਫੀ ਜਗ੍ਹਾ ਤੇ 2-3 ਥਾਂ ਤੇ ਕੰਮ ਸ਼ੁਰੂ ਹੈਗਾ ਦੇਖੋ ਹੁਣ ਕਿੰਨੇ ਟਾਈਮ ਲੱਗਦੀ ਹੈਗੀ ਆ ਪਰ ਜਦੋਂ ਚਲੋ ਸ਼ੁਕਰ ਆ ਵੀ ਚਲੋ ਬੰਦ ਹੀ ਸਟਾਰਟ ਹੋ ਗਈ ਆ ਥੋੜਾ ਟਾਈਮ ਤਾਂ ਲੱਗ ਜੂਗਾ ਪਰ ਬਣ ਜੂਗੀ ਸੜਕ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆਉਣਾ ਜਾਣਾ ਸੁੱਖਾ ਹੋ ਜੂ ਹੁਣ ਜਿਹੜਾ ਅੱਧੇ ਘੰਟੇ ਦਾ ਰਸਤਾ ਸੀ ਆਪਣੇ ਉਹ ਆਪਾਂ ਕਿੰਨੀ ਟਾਈਮ ਲਗਾ ਕੇ ਮਲੋਟ ਤੱਕ ਜਾਂਦੇ ਜਿਵੇਂ ਤੁਹਾਨੂੰ ਕੀ ਪਤਾ ਹੀ ਹੈ ਕਿ ਮਲੋਟ ਕਿੰਡੀ ਵੱਡੀ ਮਾਰਕੀਟ ਆ ਮੁਕਸ ਤੋਂ ਬਹੁਤ ਸਾਰੇ ਲੋਕ ਮਲੋਟ ਜਾਂਦੇ ਹਨ ਸ਼ਾਇਦ ਇੰਨੀ ਬਠਿੰਡੇ ਵੀ ਨਹੀਂ ਜਾਂਦੇਗੇ ਸਾਰੀ ਸਾਈਡਾਂ ਤੋਂ ਦਰਖਤ ਬਹੁਤ ਜ਼ਿਆਦਾ ਪੱਟੇ ਗਏ ਸਾਰੀਆਂ ਸਾਈਡਾਂ ਤੋਂ ਦਰਖਤ ਬਹੁਤ ਜ਼ਿਆਦਾ ਪੱਟੇ ਗਏ ਸ਼ਾਇਦ ਇਦੂ ਬਾਅਦ ਨਵੇਂ ਲੱਗਣ ਪਰ ਕਈਆਂ ਸੜਕਾਂ ਤੇ ਤਾਂ ਅਜਿੱਤੀ ਕੇ ਨਵੇਂ ਨਹੀਂ ਲੱਗੇ ਪਰ ਦੇਖੋ ਹੁਣ ਕੀ ਬਣਦਾ ਹੈਗਾ ਚਲੋ ਵਧੀਆ ਕਈ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਨੇ ਬਹੁਤ ਸਾਰੇ ਧਰਨੇ ਲਾਏ ਤੇ ਲੋਕਾਂ ਲੋਕਾਂ ਨੇ ਵੀ ਬਹੁਤ ਸਾਰੇ ਧਰਨੇ ਲਾਏ ਚਲੋ ਮਿਹਨਤ ਦਾ ਮੁੱਲ ਪਿਆ ਸੜਕ ਬਣਨੀ ਸਟਾਰਟ ਹੋਗੀ ਜੋ ਵੀ ਕੰਪਨੀ ਵੱਲੋਂ ਬਣਾਇਆ ਰਿਹਾ ਉਹਨਾਂ ਵੱਲੋਂ ਟੋਲ ਪਲਾਜ਼ਾ ਵੀ ਜਰੂਰ ਲੱਗੇਗਾ ਇਹ ਮਲੋਟ 올ਖ ਦੇ ਨੇੜੇ ਤੇੜੇ ਲੱਗੂਗਾ ਜਿਹੜਾ ਟੋਲ ਪਲਾਜ਼ਾ ਲੱਗੂਗਾ ਇਹ ਤੁਸੀਂ ਵੀਡੀਓ ਵੱੱਟੋ ਵੱੱਟ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਚਾ ਦੇ ਸਕੇ ਕਿ ਇੱਥੇ ਛੜਕਦਾ ਕੰਮ ਚੱਲ ਰਿਹਾ ਹੈ ਤੇ ਲੋਕ ਧਿਆਨ ਨਾਲ ਜਾਣ ਇਸ ਸੜਕ ਤੇ